बलैरो तू ले गया फिर मैं तो उही पट्टी ने उही गल कर दिना यार जावे बिंदे बिंदे लैली ढाले जावा नहीं दिंदे ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਯੂਟਿਊਬ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਬਲੌਗ ਰੋਜ਼ ਪਾਇਆ ਕਰਾਂਗੇ ਤਾਂ ਨਵਾਂ ਬਲੌਗ ਬਣਾਉਣ ਲੱਗੇ ਹਾਂ ਕੱਲ੍ਹ ਵਾਲੇ ਬਲੌਗ ਨੂੰ ਤੁਸੀਂ ਵਧੀਆ ਰਿਸਪੌਂਸ ਦਿੱਤਾ ਠੀਕ ਰਿਸਪੌਂਸ ਆਇਆ ਗਾ ਉਹਦੇ ਲਈ ਧੰਨਵਾਦ ਅਤੇ ਹੋਰ ਵੀ ਪਿਆਰ ਦਿਓ ਸਾਨੂੰ ਵਧੀਆ ਅਤੇ ਅੱਜ ਆਪਾਂ ਥੋੜ੍ਹਾ ਜਿਹਾ ਰੋਜ਼ ਦੀ ਤਰ੍ਹਾਂ ਲੇਟ ਹੀ ਉੱਠੇ ਸੀ 8-9 ਵਜੇ ਫਿਰ ਅਸੀਂ ਸੋਚਿਆ ਗੱਡੀ 'ਚ ਰੇਤਾ ਵਾਲਾ ਪੈ ਰਿਹਾ ਸੀਗਾ ਵੀ ਗੱਡੀ ਸਾਫ਼ ਕਰਾ ਲਈਏ ਫਿਰ ਅਸੀਂ ਸਰਵਰ ਸਟੇਸ਼ਨ 'ਤੇ ਬੈਠੇ ਬੈਠਿਆਂ ਨਹੀਂ ਬਲੌਗ ਸਟਾਰਟ ਕਰਤਾ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਰੇਤੇ ਨਾਲ ਭਰੀ ਪਈ ਸੀ ਜਮਾਂ ਇੱਧਰ ਸਹਿਜ ਬਲੌਗ 'ਚ ਨੰਬਰ ਬਣਾਉਣ ਦਾ ਮਰਾ ਅਖਬਾਰ ਪੜ੍ਹੀ ਜਾਂਦਾ ਹੈਗਾ ਟੀਮ ਜਿੱਤੀ ਆਪਣੀ ਨਿਊਜ਼ੀਲੈਂਡ ਸੈਮੀ 'ਚ ਵਾਜੀ ਹਾਂ ਪਰ ਇਹਨੇ ਨਿਊਜ਼ੀਲੈਂਡ ਜਾਣਾ ਨਾ ਫਿਰ ਨਿਊਜ਼ੀਲੈਂਡ ਦੀ ਟੀਮ ਜਿੱਤਿਆਉਂਦਾ ਰੋਜ਼ ਦੇਖੀ ਤਾਂ ਤੂੰ ਇਹਨਾਂ ਨੂੰ ਜਾਂਦਾ ਸੀ ਮੰਨ ਲੈ ਨਾ ਨਾ ਇੱਧਰ ਹੀ ਦੇਖਦਾ ਅਤੇ ਪਿੱਛੇ ਆਪਣੇ ਜਿੰਮ ਦਿਖ ਰਹੀ ਹੋ ਤੁਹਾਨੂੰ ਆਪਣਾ ਜਿੰਮ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਬਾਕੀ ਅੱਜ ਕੰਮ ਬਹੁਤ ਨੇ ਇਦੋਂ ਬਾਅਦ ਆਪਾਂ ਉਹ ਨਹੀਂ ਵਾਲਾਂ 'ਚ ਛੱਲੇ ਜੇ ਪਵਾਉਂਦੇ ਹੁੰਦੇ ਕੀ ਕਹਿੰਦੇ ਹੁੰਦੇ ਨੇ ਉਹ ਕਰ ਲਈ ਅੱਜ ਆਪਾਂ ਉਹ ਵੀ ਕਰ ਹੀ ਲਈਏ ਮੈਂ ਚਾਹ ਜਾ ਲਾ ਲਈਏ ਕਿਉਂ ਆਹੀ ਉਮਰਾਂ 'ਚ ਸ਼ੌਂਕ ਸ਼ੂਕ ਹੋਵੇ ਮਨ 'ਚ ਪੂਰੇ ਕਰ ਲੈਣੇ ਚਾਹੀਦੇ ਨੇ ਬਣ ਗਈ ਗੱਡੀ ਦੀ ਗੱਲ ਆਪਣੀ ਦੀ ਪੂਰੀ ਵਿੱਚੋਂ ਉੱਤੋਂ ਨਹੀਂ ਦਵਾਈ ਬਈ ਉੱਤੋਂ ਪੈਸੇ ਘੱਟ ਸੀ ਸਾਡੇ ਕੋਲ ਹਜੇ ਤਾਂ ਰਹਿੰਦੇ ਨੇ ਮੈਟ ਮੂਟ ਜੇ ਧਰਨ ਵਾਲੇ ਹਜੇ ਤਾਂ ਚੱਲ ਰਿਹਾ ਪ੍ਰੋਸੈਸ ਪਾਲਿਸ਼ ਚੱਲ ਰਹੀ ਆ ਓਏ ਸਹਿਜ ਆਪਣੇ ਪਿੰਡ ਨਾ ਇੱਕ ਬੰਦਾ ਹੁੰਦਾ ਸੀ ਬੰਦਾ ਹੈਗਾ ਕੀ ਹੁੰਦਾ ਕੀ ਸੀ ਹੈਗਾ ਹੁਣ ਹੁਣ ਉਹਦਾ ਨਾਂ ਤਾਂ ਆਪਾਂ ਕੀ ਲੈਣਾ ਨਾਲ ਦਰਸ਼ਕ ਵੀਰਾਂ ਨੂੰ ਸੁਣਾ ਦਈਏ ਉਹ ਕੀ ਕਰਦਾ ਨਾ ਮਨ ਨਾਲ ਜਦੋਂ ਅੱਡੇ 'ਤੇ ਵਗ ਜਾਂਦਾ ਉਹਦਾ ਜਦੋਂ ਮਨ ਨਾਲ ਉਹਦੇ ਜਵਾਨੀ ਸੀ 5-6 ਸਾਲ ਪਹਿਲਾਂ ਅੱਡੇ 'ਤੇ ਵਗ ਜਾਂਦਾ ਜੇ ਅੱਡੇ 'ਤੇ ਕੁੜੀਆਂ ਖੜੀਆਂ ਹੁੰਦੀਆਂ ਲਾ ਕੇ ਫੋਨ ਹੈਲੋ ਡੈਡੀ ਬਲੈਰੋ ਤੂੰ ਲੈ ਗਿਆ ਉਹ ਫਿਰ ਮੈਂ ਤਾਂ ਉਹੀ ਪੱਟੀ ਨਾ ਉਹੀ ਗੱਲ ਕਰ ਦਿੰਦਾ ਯਾਰ ਤੂੰ ਵੀ ਬਾਹਲੇ ਗੱਪ ਸਿੱਟਦਾ ਕੁੜੀਆਂ ਸਾਹਮਣੇ ਉਹੀ ਉਹ ਯਾਰ ਚੰਗਾ ਤੂੰ ਸਫਾਰੀ ਕੱਢ ਲੈ ਫਿਰ ਲੈ ਜਾ ਯਾਰ ਤੂੰ ਤਾਂ ਹੀ ਕਰ ਨਾ ਜਿਹੜੇ ਆਪਣੇ ਪਿੰਡ ਦੇ ਬੰਦੇ ਬਲੌਗ ਦੇਖਣਗੇ ਉਹ ਬੰਦਾ ਉਹਦੀ ਸਮਝ ਜਾਣਗੇ ਵੀ ਕਿਹੜਾ ਬੰਦਾ ਨਾ ਹਿੰਟ ਦੇ ਦਿੰਦਾ ਉਹਦਾ ਨਾ ਬੀ ਤੇ ਪੈਂਦਾ ਹੈਗਾ ਕਮੈਂਟਾਂ 'ਚ ਦੱਸ ਦਿਓ ਸ਼ਾਰਟ 'ਚ ਮੈਂ ਸਮਝ ਜੂੰਗਾ ਬਾਹਲੇ ਨਜਾਇਜ਼ ਹੀ ਗੱਪ ਊਈ ਬਸ ਜੇ ਯਾਰ ਕੋਈ ਕੁੜੀ ਦੇਖਣੀ ਚਾਹੀਦੀ ਸੀ ਉਹ ਚੰਗਾ ਉਹ ਮਾਮੇ ਦਾ ਮੁੰਡਾ ਵੀ ਊਂ ਤੰਗ ਕਰੀ ਜਾਂਦਾ ਰਹਿੰਦਾ ਯਾਰ ਰੋਜ਼ ਗੱਡੀ ਨਹੀਂ ਹੁੰਦੀ ਬਾਈ ਆਪਦੀ ਲਿਆਉਣੀ ਪਊ ਤਾਂ ਤੈਨੂੰ ਚੱਲ ਲੈ ਜਾ ਆਪ ਬਟੀਨੇ ਦੇ ਫਿਰਦਾ ਰਹਿੰਦਾ ਬੜਾ ਗੱਪੀ ਬੰਦਾ ਸੀ ਯਾਰ ਗੱਪੀ ਕੀ ਹੁਣ ਵੀ ਹੈਗਾ ਸਹਿਜ ਤੂੰ ਜਾਣਦਾ ਜੇ ਨਾ ਦੱਸ ਤਾਂ ਤੈਨੂੰ ਫੇਰ ਬੁੱਝ ਜਾਏਗਾ ਠੀਕ ਆ ਬਾਬੇ ਬਾਲ ਗੱਡੀ ਸਾਫ਼ ਹੋ ਗਈ ਬਾਲ ਕਰ ਲਈ ਕਰਾਉਣ ਜਾਂਦੇ ਆਪਾਂ ਆਪਣੇ ਬਲੌਗ ਦੇਖਿਆ ਕਰੋ ਨਜ਼ਾਰਾ ਇੰਜੋਏ ਕਰਿਆ ਕਰੋ ਨੰਗ ਮਲਾਂਗਾ ਤੁਹਾਡੇ ਵਰਗੀਆਂ ਲੱਭ ਜੂਗਾ ਯਾਰ ਉਹ ਠੀਕ ਹੈ ਠੀਕ ਆ ਬਾਬੇ ਗੱਡੀ ਗੁੱਡੀ ਸਾਫ਼ ਕਰਾ ਲਈ ਅਸੀਂ ਆਖਿਆ ਚੱਲ ਸ਼ੌਂਕ ਹੀ ਆ ਗੇੜਾ ਕੱਢਦੀ ਇੱਕ ਗੱਡੀ ਤੇ ਗੇੜਾ ਜਿਹਾ ਕੱਢਣ ਬਸ ਆਏ ਆ ਕੱਢਦੇ ਨੀ ਫੈਰ ਵੱਲੀਏ ਪੈਰਾਂ ਨੇ ਤਾਂ ਕਿਹੜੇ ਤੁਹਾਨੂੰ ਪਤਾ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਸਹਿਜਾ ਕਿਹੜਾ ਭਾਈ ਮੇਰੇ ਨਾਲ ਵਾਲੀ ਭੈੜੀ ਹੋਈ ਕੱਲ ਗੌਰ ਨਾਲ ਸੁਣਿਓ ਸੀਰੀਅਸ ਨਾ ਲਿਓ ਪੁਰਾਣੀ ਗੱਲ ਆ ਨਾ ਕਿਤੇ ਹੁਣ ਤਾਂ ਆਪਾਂ ਤੁਹਾਨੂੰ ਪਤਾ ਨਸ਼ੇ ਪੱਤੇ ਤੋਂ ਕੋਸਾਂ ਬਹੁਤ ਜ਼ਿਆਦਾ ਦੂਰ ਬਾਅਦ ਚੱਲ ਗਏ ਆ ਗੱਲ ਹੈਗੀ ਆ ਇਹ ਤੇ ਮੈਂ ਪੜ੍ਹਦਾ ਸੀ ਯੂਨੀਵਰਸਿਟੀ 'ਚ ਸਹਿਜ ਪਟਿਆਲੇ ਭਾਈ ਪਟਿਆਲੇ ਪੜ੍ਹਦਾ ਸੀ ਤੇ ਮੈਂ ਹਜੇ ਨਵਾਂ ਨਵੀਂ ਗਿਆ ਪਟਿਆਲੇ ਜਦੋਂ ਮੈਂ ਐਮਏ ਕਰਦਾ ਸੀ ਤੇ ਭਾਈ ਮੈਂ ਪਟਿਆਲੇ ਗਿਆ ਜਦੋਂ ਉਦੋਂ ਹਜੇ ਮੈਂ ਨਵਾਂ ਨਵਾਂ ਪੈਗ ਜਾ ਲਾਉਣ ਲੱਗਿਆ ਸੀਗਾ ਮਾੜਾ ਮੋਟਾ ਜਿਹਾ ਜਿਵੇਂ ਨਹੀਂ ਕਹਿੰਦੇ ਹੁੰਦੇ ਵਿਆਹ ਸ਼ਾਦੀਆਂ 'ਚ ਪੀ ਲੈਂਦੇ ਆਪਾਂ ਤੇ ਐਂ ਪੈਗ ਜਾ ਲਾਉਣ ਲੱਗਿਆ ਸੀ ਤੇ ਉੱਥੇ ਮੈਂ ਗਿਆ ਉਦੋਂ ਹਜੇ ਮੈਨੂੰ ਰੂਮ ਰਾਮ ਲਿੱਤਾ ਨਹੀਂ ਸੀ ਮੈਂ ਤੇ ਮੈਨੂੰ ਇੱਕ ਮੁੰਡਾ ਆਪਣਾ ਲਿਆਜੀ ਹੈਗਾ ਉਹ ਕਹਿੰਦਾ ਆਪਾਂ ਇੱਥੇ ਰਹਿ ਜਾਂਗੇ ਆਪਣੇ ਲਿਆਜੀ ਨੇ ਇਹਨਾਂ ਕੋਲੇ ਰਹਿ ਜਾਂਗੇ ਭਾਈ ਉਹ ਬੰਦੇ ਸੀਗੇ ਵਾਲੇ ਭੜੇ ਮੈਂ ਸਿਰੇ ਵਾਲੇ ਕੀ ਕਹਿੰਦੇ ਸਿਰੇ ਵਾਲੀ ਸੀ ਜਿਹੜੇ ਮੈਂ ਕਹਿੰਦਾ ਕਿੰਗ ਬੰਦੇ ਸੀ ਭਰਾਵਾ ਸਮਾਨ ਸੱਲਾ ਨਸ਼ਾ ਪਤਾ ਕਰਦੇ ਸੀ ਬਾਲਾ ਅਸੀਂ ਭਾਈ ਉਹਨਾਂ ਦੇ ਕਮਰੇ 'ਚ ਵਗ ਗਏ ਮੈਨੂੰ ਕਹਿੰਦੇ ਭਾਈ ਬੌਂਗ ਪੀਣਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਬੌਂਗ ਕੀ ਹੁੰਦਾ ਉਦੋਂ ਆਪਾਂ ਪਾਟੇ ਵਾਲੇ ਸੀ ਮੈਨੂੰ ਕਹਿੰਦਾ ਨਾ ਸੱਚ ਮੈਨੂੰ ਕਹਿੰਦੇ ਬੌਂਗ ਪੀਤਾ ਕਦੇ ਮੈਂ ਕਿਹਾ ਹਾਂ ਹਾਂ ਬਈ ਪੀਤਾ ਵਾਧੂ ਵਾਰੀ ਮੈਨੂੰ ਪਤਾ ਹੀ ਨਹੀਂ ਸੀ ਬੌਂਗ ਕੀ ਹੁੰਦਾ ਆਪਾਂ ਹੀ ਪਾਟ ਬਾਈ 'ਚ ਕਹਿੰਦੇ ਵੀ ਆਪਾਂ ਤਾਂ ਬਈ ਸਾਰੇ ਨਸ਼ੇ ਕਰੇ ਹੋਏ ਆ ਉਹ ਕਿਉਂ ਜਵਾਨੀ 'ਚ ਵਡਿਆਈ ਹੁੰਦੀ ਆ ਜਵਾਨੀ 'ਚ ਬੰਦੇ ਨੇ ਜੇ ਸਿਰ ਦੁਖਦੇ ਦੀ ਗੋਲੀ ਵੀ ਖਾ ਲੈ ਨਾ ਬੰਦਾ ਉਹੀ ਆਖੀ ਜਾਊਮਾ ਫੁੱਲਾਂ ਸਾਈਟਾਂ ਗੱਡੀ ਹੈ ਨਾ ਤੇ ਉਹ ਕੰਮ ਹੁੰਦਾ ਸੀ ਮਹਾਂ ਬਈ ਕੋਈ ਚੱਕਰ ਨਹੀਂ ਆਪਾਂ ਦਾਰੂ ਦੀ ਬੋਤਲ ਪੀ ਕੇ ਟਾਇਟ ਨਹੀਂ ਹੋਏ ਕਦੇ ਆਏ ਮੈਂ ਪੂਰੇ ਫੁਕਰੀ ਮਾਰੀ ਉਹਨਾਂ ਮੂਹਰੇ ਮੈਂ ਬੌਂਗ ਬੂੰਗ ਆਪਾਂ ਕੱਢਦੇ ਹਾਂ ਇੱਕ ਗੱਲ ਭਰਾਵਾ ਇਹ ਗੱਲ ਹੈਗੀ ਆ 2015 ਦੀ ਹੋਊਗੀ ਤੇ ਹਾਂ ਕੀ ਬਈ ਉਹਨਾਂ ਨੇ ਤਾਂ ਜਦੋਂ ਬੌਂਗ ਬਣਾ ਲਿਆ ਬੋਤਲ ਜੀ 'ਚ ਗਾਂਜੀ ਦੀ ਪੁੜੀ ਪਾਲੀ ਭਰਾਵਾ
सारी पीण गए दो सुटे आपा ला लांगे मैं कदे लाया नहीं सी हां की भरावा जदों कुड़ी जी पाली उन्होंने मैनू बोतल पाए करके भरावा दो तीन सुटे जे मारे मैनू कहिंदे बिल्ला लाला लाला कुछ नहीं करता कहिंदा तू तां गड़ियारी बंदा शुकर गया मैं भाई मैं लाए सूटे जे इदू बाद तीन क मिनटा बाद मखा भाई मारता ओए बालियां गाला दित्तियां मखा भाई बस जिंदगी खत्म हो गई मेरी तां डर लगण लग गया भरावा मैनू मैं निकलिया कमरे चो मैं उन्हूं मुंडे नूं आख्या विक्की मखा मैनू उह करके लिया यार बाहर गया मैं मेरा सह बंद हो गया मैं दिमाग हल गया यार मैं ऐ लगन लग गया मैं मरूंगा मैं सह उन्हों हट गया आए कर लग गया भरावा सह ही ना आया यार दो तीन मिनट सह ना आया बुरे हाल ही हो गए मैं इतो ना जे मैं अपने आप तो 200 मीटर 200 मीटर वाटर कूलर हो गए मैं तो वाटर कूलर के पानी पीण नहीं जाया गया उथे ना मीह का पानी उथे इनिया कुड़िया बैठिया मेरे हूं भी ज्यादा उथे 15-20 कुड़िया ग्रुप बनाई बैठिया बी इना मैं इतो ना वाटर कूलर तक जाया नहीं गया भी मैं मरूंगा मीह का पानी खड़िया यूनिवर्सिटी टी पॉइंट को पति है टी पॉइंट कितने यूनिवर्सिटी चे मीह का पानी खड़ा भी मीह का पानी पीता मैं भैन चो एक दो तीन बस बोंग आप पहली ते आखरी बारी पीता दुबारा आप कदे फुकरी नहीं मारी भी आप कर दें वाह कर समझा काम वाली गल ने ना सोचे होना भी हूं तो आप चल ये चीजा तो बहुत दूर आगे वो जवानी टाइम ही यह होंगे जो बंदे हवा करने की आदत होंगी मैं तो बोतल पी जाना मैनू कुछ नहीं होंगे मैं तो पेपर प्यादे कुछ नहीं होंगे ये फुकरी मारे का कोई फायदा नहीं होंगे इतने किंग तो किंग बंदे बैठे इंजन पति नहीं किड़ा कर जे बी इले सीते आप अज अपने भरावां कोले पहुंचे हां पीवी कत्ती चिकन कॉर्नर मुंडिया ने नवा काम करिया सोनू दिखा दें फलैक्सा फलुक्सा लाई जाते ने पीवी कत्ती चिकन कॉर्नर खैरा बैठा कोने ते अपने गवांडी मुंडे ने ते दाने वाले रोड ते आ बई जिहड़ा झनीर तो दाने वाले नूं छड़क जांदी आ रोड दे विचाले आ आ साडा नेपाली आ पूरा तगड़ा कोका एक बारी जिहड़ा पैग पुग दा शकीन आ इत्थे खा के देखो आ सारा कुछ मिलूगा चल पूरी एक नंबर गल आ सफाई सफूई फुल आ हना उह फाहा जा नहीं बढ़दे तुहानूं मैं सफाई भी दिखा दिंदा मेन कम सफाई दा हुंदा आ देख लो एक भी मच्छर मक्खी दिखा दिओ तुहानूं उड़दी दिखदी आ तां दस कह दिओ आपां नूं पूरा घेंट गल आ ते करो सपोर्ट भाई सारे आया करो क्योंकि मैनूं पता थने पैग पुग सारे लाउंदे आ माहौल बणिया हुंदा ते हो एक होर गल आ भाई होम डिलीवरी भी करदे ने चीज घरे पहुंचिया करूं सोडे 5 किलोमीटर तक दाने वाले तो जिहड़े 5-5 किलोमीटर के पिंड ने उत्थे सारे कितें होम डिलीवरी करूँ मीट मच्छी चरी चरी सारे टू जेड काम आ बाबे गलबात पूरी आ हवा दिखाते थे गाड़ियों की मैंने कहा हवा मत दिखाया करो वरना वरना क्या वरना ले आएंगे गल करे मेरी नहीं ये साइज दी आ लो भी आप सलून ते पहुंच गए सानू दस्या सी पहला भी कर ली कराउण दा कीड़ा जिहा उठिया सी ते फिर वो कहिंदे हुंदे ना शौक टाइम नाल पूरे कर लेने चाहीदे आ फिर 30-35 साल तो बाद बंदा सानू पती आ किहड़े शौक सारा कुछ विच ही रुल जांदा ते अपने भरा सेमी कोले आए सी ते टैलेंटेड बंदा इह वी फुल आ बाबे ਇਹ ਵੀ ਇੰਸਟਾ ਤੇ ਨੂੰ ਫੋਲੋ ਕਰ ਲਓ ਸੇਮੀ ਨਾਂ ਤੇ SS ਸੇਮੀ ਦੇ ਨਾਂ ਤੇ ਬਹੁਤ ਘੈਂਟ ਸ਼ਾਇਰੀਆਂ ਲਿਖਦਾ ਚਿੱਬਕੱਡ ਹੀ ਲਿਖਦਾ ਯਾਰ ਮੈਂ ਇਹਦੀਆਂ ਸਾਰੀਆਂ ਸ਼ਾਇਰੀਆਂ ਸੁਣਦਾਗਾ ਤੇ ਬਾਕੀ ਤੁਹਾਨੂੰ ਸੁਣਾ ਦਿੰਦੇ ਆ ਜੇ ਤੁਹਾਡੇ ਮਨ ਚ ਭਲੇਖਣ ਇਹ ਟੈਲੈਂਟ ਪਤਾ ਹੀ ਨਹੀਂ ਕਿੱਥੇ ਵਰਤਾ ਹੋਵੇ ਬਾਈ ਸੇਮੀ ਜ਼ਿਆਦਾ ਕੁਛ ਹੋਵੇ ਹਾਂ ਹਾਂ ਬਾਈ ਸਹਿਜ ਕਿਹੜੀ ਸੁਣਦੀਆਂ ਓਏ ਸੁਣਾ ਦੇ ਕੋਈ ਮੈਂ ਹੈ ਸੁਣਾ ਦੇ ਕੋਈ ਨਹੀਂ ਜਿਹੜੀ ਜ਼ਿਆਦਾ ਘੈਂਟ ਜੀ ਉਹ ਸੁਣਾ ਦੇ ਇੱਕ ਅੱਜ ਵਾਲੀ ਸੁਣਾ ਦੇ ਚਿੱਬ ਪਾ ਵੀ ਦਿੰਦੇ ਆ ਚਿੱਬ ਕੱਢ ਵੀ ਦਿੰਦੇ ਆ अपने यार दो सारे टैलेंटेड बंदे ही ने फॉलो कर लियो थोनू एक दो होर सुनाउने आ ते बाल भी कर ली घैंट हो ही जांदा कम प्रोजेक्ट वड्डा ये हैगा मैनू लगदा दो घंटे का प्रोजेक्ट गुत्ता जी करी जाते हैं हम तो बाकी होर सुना दे एक होर साइज कि सुनते होने आप एक हो नहीं सी यार तलिया चीजा बंद ने हाँ एक आए ले ली ढामे सुना दे एक होर आ बाबे सिरा जमा होनी मन ला जे आप किसी तो पैसे फड़ लिए बंदा गड़ना जी नहीं लग जाता भी यार मेरे पैसे मुड़ उन्होंने बंद लई आ भाई जो पैसे है नहीं मुड़ी कितो गरीब जरूरा है नहीं पुकरे देने या पैसे जमा नहीं मुकरे फोन करी जावे बिंदे बिंदे लैली ढाले जमा नहीं दिंदे आए ओए क्यों बाबे ये ब्लॉग ब्लूग अपना शेयर जरूर कर दे करो सानू घेंट बंदे नाल ही मिलाया करांगे अपने
ਜਿੰਨਾ ਕੋਲੇ ਜਾਂਦੇ ਸਾਰੇ ਆਪਣੇ ਵਰਗੀ ਨੇ, ਤੁਹਾਨੂੰ ਪਤਾ ਆਪਾਂ ਖੁੱਲ ਜਾਂਦੇ ਹਾਂ ਹਰੇਕ ਨਾਲ, ਕੋਈ ਚੱਕਰ ਵਾਲੀ ਗੱਲ ਨੀ ਤੇ ਕੋਈ ਹੋਰ ਮੈਨੂੰ ਪਤਾ ਚੀਜ਼ਾਂ ਘੈਂਟ ਲੱਗਣਗੀਆਂ ਸੇਮੀ, ਹੋਰ ਸੁਣਾ ਦਿੱਕਤ ਦਾ। ਤੇਰੇ ਉੱਤੇ ਫਟ ਜਾਣਗੀਆਂ ਸ਼ਹਿਰੀਆਂ ਹੋਣੀਆਂ ਬੰਬ ਨੇ ਮੇਰੀਆਂ, ਫੁੱਦੂ ਜੀਆਂ ਗੱਲਾਂ ਕਰਦਾ ਗੱਲਾਂ ਸਾਰੀਆਂ ਗੰਦ ਨੇ ਤੇਰੀਆਂ, ਮੈਨੂੰ ਕਿੱਦਣ ਦਾ ਤਲ ਲੈਂਦਾ ਸਾਲਿਆ, ਪਰ ਤਲੀਆਂ ਚੀਜ਼ਾਂ ਬੰਦ ਨੇ ਮੇਰੀਆਂ। ਕਿਉਂ ਆਏ ਆ ਭੈਣ, ਜਨੀਰ ਚ ਬਾਲੇ ਟੈਲੈਂਟਡ ਬੰਦੇ ਨੇ ਬਾਬਿਓ। ਇੱਧਰ ਮਾਂ ਦੇ ਪੁੱਤੋ ਸੇਮੀ ਹੋਰਾਂ ਨੇ ਚਾਹ ਵੀ ਨਾ ਬੰਬ ਹੀ ਬਣਾਈ ਆ, ਚਾਹ ਤੇ ਫਿਰ ਸ਼ਹਿਰ ਬਣ ਗਿਆ। ਸੇਮੀ ਸੁਣਾ ਦੇ ਓਏ। ਜੇ ਨਾ ਖਾਈਏ ਲੱਗੇ ਬਾਬੇ ਨਰਕ ਬੜਾ, ਦੋਹੇ ਚੀਜ਼ਾਂ ਵਿੱਚ ਬਾਬੇ ਫਰਕ ਬੜਾ, ਦਾਰੂ ਪੀ ਲੈ ਬੰਦਾ ਨਿੰਬੂ ਰਾਹ ਪਾਉਂਦੇ ਆ, ਜੇ ਭੁੱਲ ਕੇ ਬੰਦਾ ਚਾਹ ਪੀ ਲੈ ਸਿਗਨੇਚਰ ਗਾਹ ਪਾਉਂਦੇ ਆ, ਸਿਗਨੇਚਰ ਗਾਹ ਪਾਉਂਦੇ ਆ। ਬਈ ਸਿਗਨੇਚਰ ਤਾਂ ਚੱਲ ਨਹੀਂ ਖਾਦਾ, ਚਾਹ ਬਸ ਸਿਗਨੇਚਰ ਤੋਂ ਵੀ ਭੈੜੀ ਆ ਇਹਦੀ। ਲੋਕ ਚੱਲ ਕਿਵੇਂ ਮਰਜ਼ੀ ਕਹਿਣ, ਉਹ ਆਪਾਂ ਪਹਿਲੇ ਦਿਨੋਂ ਪਰਵਾਹ ਨਹੀਂ ਕਰਦੇ। ਕਰਲੀ ਜੀ ਵਾਲਾ ਕੰਡਾ ਕੱਢ ਹੀ ਦਿੱਤਾ, 3 ਵਜੇ ਆਏ ਸੀ ਤੇ ਸਾਨੂੰ 8 ਵੱਜ ਗਏ ਬਾਈ, ਅਜੇ ਸਹਿਜ ਦਾ ਕੰਪਲੀਟ ਨੀ ਹੋਇਆ। ਸਹਿਜ ਦਿਖਾਈ ਓਏ, ਅਜੇ ਸਹਿਜ ਤੇ ਉਹ ਪਾ ਰੱਖੀਆਂ ਪੱਤੀਆਂ ਜੀਆਂ, ਤੇ ਬਾਕੀ ਘੈਂਟ ਗੱਲਬਾਤ ਆ, ਬਸ 10-15 ਮਿੰਟਾਂ ਦਾ ਕੰਮ ਰਹਿ ਗਿਆ ਤੇ ਬਲੌਗ ਸਾਰੇ ਜਾਣੇ ਦੇਖਿਆ ਕਰੋ ਪੂਰਾ, ਸਾਰੇ ਭਰਾ ਹਨਾ, ਕੱਲ ਨੂੰ ਮਿਲਦੇ ਆ। ਤੇ ਹੋਰ ਤਾਂ ਕੀ ਕਹਿਣਾ, ਬਸ ਸਬਸਕ੍ਰਾਈਬ ਕਰ ਲਓ ਸਾਰੇ ਭਰਾ, ਘੈਂਟ ਘੈਂਟ ਬਲੌਗ ਆਉਂਦੇ ਰਹਿਣਗੇ ਆਪਣੇ। ਲਵ ਯੂ ਆ ਸਾਰਿਆਂ ਨੂੰ, ਡਾਰਲਿੰਗ, ਟਾਟਾ, ਬਾਏ ਬਾਏ।